एक चीज देखो यार, जिन्नी मर्जी असी स्पीकिंग की प्रैक्टिस कर लिए पर जेड़ा स्ट्रेस जेड़ा डर फाइनल स्पीकिंग डे वाले दिन लगता ना स्टूडेंट नूं, यह सिर्फ उ जानता है जी फाइनल स्पीकिंग एक दो दिन च या हफ्ते बाद आ। सो उन्होंने ये स्पैशल वीडियो आ, उन्होंने इस वीडियो के हर एक चीज़ का पता लगेगा जिहड़ी चीज़ उन्होंने उत्थे जाके फेस करनी आ। जिवें कि सर साडा पॉज आ जाता है, असी पॉज नूं किस तरह ओवरकम करिए, सर सानू सम टाइम पता नहीं लगता कि किस तरह आंसर देना क्वेश्चन का, मान लो कोई एग्जामिनर ने मेरे तो क्वेश्चन पूछा मैनू उहदा पता नहीं लगा उहदा, मैं किस तरह उहनूं दुबारा पूछ सकदा आ। सो इन्हां सारियां चीज़ां दे जिहड़े डाउट आ उह तुहाडे मैं क्लीयर करूंगा इस वीडियो दे विच। शर्त है कि वीडियो नूं शुरू तो लैके अंत तक जरूर वेखिओ, तुहाडे लई बहुत ज़्यादा बेनीफिशियल होगी क्योंकि आपां सिर्फ इधर उधर दीआं गल्लां नहीं करनीआं, सिर्फ टू द पॉइंट ਆਪਾਂ ਸਟ੍ਰੇਟ ਫਾਰਵਰਡ ਗੱਲ ਕਰਨੀ ਆ। ਸੋ ਇਸ ਕਰਕੇ ਵਿਦਆਊਟ ਵੇਸਟਿੰਗ ਅ ਟਾਈਮ ਲੈਟਸ ਸਟਾਰਟ ਦ ਵੀਡੀਓ। ਬਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ, ਤੁਹਾਡਾ ਆਪਣਾ ਚੈਨਲ ਆਇਲਸ ਜਰਨੀ 46, ਸਬਸਕ੍ਰਾਈਬ ਕਰਕੇ ਸ਼ੇਅਰ ਕਰੋ ਤੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਿਓ। ਇਹ ਮੈਂ ਹਰ ਵਾਰ ਇਸ ਕਰਕੇ ਆਉਂਦਾ ਹਾਂ ਕਿਉਂਕਿ ਜਦੋਂ ਵੀ ਮੈਂ ਇਸ ਚੈਨਲ ਦੇ ਉੱਤੇ, ਮਤਲਬ ਤੁਹਾਨੂੰ ਪਤਾ ਹੀ ਹੈ ਕਿ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਸ਼ਾਮੀ ਇਸ ਪਲੇਟਫਾਰਮ ਦੇ ਉੱਤੇ ਮੈਂ ਵੀਡੀਓ ਅਪਲੋਡ ਕਰਦਾ ਹਾਂ ਜਿਹੜਾ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਸ਼ਲ ਹੁੰਦੀ ਹੈ। ਸੋ ਇਸ ਕਰਕੇ ਤਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ, ਇਸ ਕਰਕੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਿਓ। ਸੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਐਕਸਪਲੇਨ ਕਰੂੰਗਾ, ਸੋ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਣਗੀਆਂ। ਪ੍ਰੈਕਟਿਸ ਤੁਸੀਂ ਬਹੁਤ ਕਰਦੇ ਹੋ ਬਟ ਉਹਦਾ ਫਾਇਦਾ ਕਿਉਂ ਨਹੀਂ ਮਿਲ ਪਾਉਂਦਾ, ਆ ਜਾਓ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ। ਤੁਸੀਂ ਅਕਸਰ ਹੀ ਸਟੂਡੈਂਟ ਨੂੰ ਕਹਿੰਦੇ ਹੋ ਸੁਣਿਆ ਹੋਊਗਾ, ਸਰ ਮੇਰੀ ਸਪੀਕਿੰਗ ਤੇ ਬਹੁਤ ਵਧੀਆ ਗਈ ਸੀ ਬਟ ਮੇਰੇ ਨਾ ਬੈਂਡ ਸਕੋਰ ਪਤਾ ਨਹੀਂ ਕਿਉਂ ਨਹੀਂ ਆਏ, ਮੇਰੀ ਤੇ ਬਹੁਤ ਜ਼ਿਆਦਾ ਪ੍ਰੈਕਟਿਸ ਸੀ, ਮੈਂ ਪੇਪਰ ਤੋਂ ਪਹਿਲਾਂ ਵੀ ਦਿਨ ਰਾਤ ਪੜ੍ਹਦਾ ਹੁੰਦਾ ਬਟ ਮੇਰੇ ਬੈਂਡ ਪਤਾ ਨਹੀਂ ਕਿਉਂ ਨਹੀਂ ਆਏ। ਤੁਸੀਂ ਅਕਸਰ ਹੀ ਸਟੂਡੈਂਟ ਨੂੰ ਇਹ ਚੀਜ਼ ਕਹਿੰਦੇ ਸੁਣਦੇ ਜੇ, ਹੈਨਾ। ਸੋ ਇਹ ਹੁੰਦਾ ਕਿਉਂ ਆ ਉਹਦੇ ਬਾਰੇ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸੂੰਗਾ। ਟਿਪਸ ਮੈਂ ਤੁਹਾਡੇ ਸਾਹਮਣੇ ਬੋਰਡ ਤੇ ਲਿਖੀਆਂ, ਜਿਨ੍ਹਾਂ ਅੱਗੇ ਟਿਕ ਲੱਗੀ ਆ ਤੁਸੀਂ ਉਹ ਚੀਜ਼ ਕਰਨੀ ਆ, ਜਿਨ੍ਹਾਂ ਅੱਗੇ ਕ੍ਰੋਸ ਲਗਾਓ ਬਿਲਕੁਲ ਨਹੀਂ ਕਰਨੀ। ਵਨ ਬਾਈ ਵਨ ਐਕਸਪਲੇਨ ਕਰੂੰਗਾ ਤੇ ਮੈਂ ਫਿਰ ਕਹਿ ਰਿਹਾ ਫਾਈਨਲ ਡੇ ਟਿਪਸ ਆ, ਫਾਈਨਲ ਡੇ ਟਿਪਸ ਮਤਲਬ ਕਿ ਉਦੋਂ ਤੁਸੀਂ ਕਿਹੜੀਆਂ ਚੀਜ਼ਾਂ ਕਰਨੀਆਂ ਤੇ ਕਿਹੜੀਆਂ ਨਹੀਂ ਕਰਨੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਟੇ ਅਵੇ ਫਰੋਮ ਨੈਗੇਟਿਵਿਟੀ, ਹਮੇਸ਼ਾ ਨੈਗੇਟਿਵਿਟੀ ਤੋਂ ਦੂਰ ਰਹੋ। ਪਤਾ ਕੀ ਹੁੰਦਾ ਆ ਕਿ ਆਪਣੀ ਪ੍ਰੈਕਟਿਸ ਬਹੁਤ ਵਧੀਆ ਹੁੰਦੀ ਆ ਬਟ ਫਾਈਨਲ ਡੇ ਵਾਲੇ ਦਿਨ ਹੁੰਦਾ ਕਿ ਇੱਥੇ ਬਹੁਤ ਜ਼ਿਆਦਾ ਸਟੂਡੈਂਟ ਹੁੰਦੇ ਸਪੀਕਿੰਗ ਵਾਲੇ, ਆਪਾਂ ਉੱਥੇ ਗੱਲ ਕਰਨ ਲੱਗ ਪੈਂਦੇ ਹਾਂ। ਮੰਨ ਲਓ ਅੱਧੇ ਘੰਟੇ ਬਾਅਦ ਆਪਣੀ ਸਪੀਕਿੰਗ, ਆਪਾਂ ਅੱਧਾ ਘੰਟਾ ਪਹਿਲਾਂ ਉੱਥੇ ਜਾ ਕੇ ਨੈਗੇਟਿਵਿਟੀ ਜਿਹੜੀ ਉਹ ਸਾਰੀ ਆਪਣੇ ਅੰਦਰ ਲੈ ਲੈਂਦੇ ਹਾਂ। ਉੱਥੇ ਦੂਸਰਾ ਸਟੂਡੈਂਟ ਹੁੰਦਾ ਉਹ ਵਿਚਾਰਾ ਭਾਵੇਂ ਦੂਜੀ ਵਾਰੀ ਪੇਪਰ ਦੇਣ ਦਿਆ, ਤੀਜੀ ਵਾਰੀ ਪੇਪਰ ਦਿੰਦਾ, ਉੱਥੇ ਸਿਰਫ ਨੈਗੇਟਿਵਿਟੀ ਜਿਹੜੀ ਫਲਾਈ ਜਾਂਦੀ ਆ। ਮੰਨ ਲਓ ਤੁਸੀਂ ਕਹਿੰਦਾ ਗੱਲ ਕਰਦੇ ਪਏ ਜੋ ਕਹਿੰਦਾ ਯਾਰ ਮੇਰਾ ਤਾਂ ਤੀਜੀ ਵਾਰੀ ਪੇਪਰ ਆ ਤੇ ਮੈਂ ਤੇ ਪਿਛਲੀ ਵਾਰੀ ਸਪੀਕਿੰਗ ਬਹੁਤ ਗਈ ਵਧੀਆ ਮੇਰੀ ਪਰ ਮੇਰੇ ਨਾਲ ਬੈਂਡ ਨਹੀਂ ਆਏ। ਅੱਛਾ ਉਹ ਕੀ ਹੁੰਦਾ ਹੈ, ਉਹ ਤੋਂ ਜਸਟ 10-15 ਮਿੰਟ ਬਾਅਦ ਤੁਹਾਡੀ ਸਪੀਕਿੰਗ ਆ, ਤੁਸੀਂ ਸਾਰੀ ਨੈਗੇਟਿਵ ਐਨਰਜੀ ਆਪਣੇ ਅੰਦਰ ਲੈ ਲੈਂਦੇ ਹੋ, ਫਿਰ ਤੁਹਾਡੇ ਪੇਪਰ ਦੇ ਵਿੱਚ ਤੁਹਾਡੇ ਦਿਮਾਗ ਤੇ ਉਹ ਚੀਜ਼ ਇੰਪੈਕਟ ਕਰਦੀ ਆ, ਤੁਹਾਡੇ ਸਕੋਰ ਇਸੇ ਕਰਕੇ ਡਾਊਨ ਹੋ ਜਾਂਦੇ, ਤੁਸੀਂ ਮੈਂਟਲੀ ਜਿਹੜੇ ਉਹ ਵੀਕ ਹੋ ਜਾਂਦੇ। ਜਿੱਥੇ ਘਰੋਂ ਤੁਸੀਂ ਬਿਲਕੁਲ ਐਂ ਪੋਜ਼ਿਟਿਵ ਹੋ ਕੇ ਜਾਂਦੇ ਜੇ, ਉੱਥੇ ਜਾ ਕੇ ਤੁਸੀਂ ਸਾਰਾ ਆਪਣਾ ਕੰਮ ਜਿਹੜਾ ਉਹ ਖਰਾਬ ਕਰ ਲੈਂਦੇ ਜੇ। ਸੋ ਇਸ ਕਰਕੇ ਤੁਸੀਂ ਕੀ ਕਰਨਾ ਆ, ਨੈਗੇਟਿਵਿਟੀ ਤੋਂ ਦੂਰ ਰਹਿਣਾ ਹੈ, ਇਹ ਚੀਜ਼ ਤੁਸੀਂ ਕਰਨੀ ਆ, ਠੀਕ ਆ। ਤੁਸੀਂ ਮੇਨ ਮੰਨ ਲਓ ਤੁਹਾਡੀ 10 ਵਜੇ ਸਪੀਕਿੰਗ ਆ, ਆਪਣੇ ਆਰਾਮ ਨਾਲ ਉੱਥੇ 9:45 ਪਹੁੰਚੋ, ਠੀਕ ਆ, ਜਾਂ 9:30 ਪਹੁੰਚੋ, ਇੱਕ ਦੂਜੇ ਨਾਲ ਗੱਲ ਕਰਨ ਦੀ ਲੋੜ ਨਹੀਂ ਆ, ਚੁੱਪ ਚੁਪੀ ਤੇ ਆਪਣੀ ਸਪੀਕਿੰਗ ਦੇ ਕੇ ਵਾਪਸ ਆਓ। ਜਿਹੜੀ ਚੀਜ਼ ਘਰੋਂ ਲੈ ਕੇ ਤੁਰੇ ਜੇ, ਠੀਕ ਆ, ਪੋਜ਼ਿਟਿਵਿਟੀ ਉਹਨੂੰ ਆਪਣੇ ਦਿਮਾਗ 'ਚ ਰੱਖੋ। ਇਹ ਫਾਈਨਲ ਡੇ ਟਿਪਸ ਆ, ਇਹ ਬਹੁਤ ਵਧੀਆ ਕਾਰਗਰ ਸਾਬਤ ਹੋਣਗੀਆਂ ਜੇ ਅਪਲਾਈ ਕਰੋਗੇ ਤੇ। ਸੈਕਿੰਡ ਆ ਸੈਲਫ ਕਰੈਕਸ਼ਨ, ਇਹ ਚੀਜ਼ ਤੁਸੀਂ ਬਿਲਕੁਲ ਨਹੀਂ ਕਰਨੀ। ਤੁਹਾਡੇ ਜਦੋਂ 5:30 ਬੈਂਡ ਸਕੋਰ ਆਉਂਦੇ, ਕਦੀ ਤੁਸੀਂ ਉਹ ਡਿਸਕ੍ਰਿਪਸ਼ਨ ਪੜ੍ਹ ਕੇ ਵੇਖੀ ਜਦੋਂ ਤੁਹਾਡਾ ਰਿਜ਼ਲਟ ਆਉਂਦਾ ਆ, ਉੱਥੇ ਪਹਿਲੀ ਦੂਜੀ ਲਾਈਨ 'ਚ ਲਿਖਿਆ ਹੁੰਦਾ ਰੈਪੀਟੇਸ਼ਨ, ਸੈਲਫ ਕਰੈਕਸ਼ਨ, ਠੀਕ ਆ, ਤੇ ਕੌਨਫੀਡੈਂਸ, ਇਹ ਤਿੰਨ ਚੀਜ਼ਾਂ ਇਸੇ 'ਚ ਹੀ ਆ ਜਾਂਦੀਆਂ। ਸੋ ਸੈਲਫ ਕਰੈਕਸ਼ਨ ਤੁਸੀਂ ਬਿਲਕੁਲ ਨਹੀਂ ਕਰਨੀ, ਇਹ ਤੁਸੀਂ ਕਰਦੇ ਕਿਸ ਤਰ੍ਹਾਂ, ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ। ਮੰਨ ਲਓ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਦੋਂ ਕਿਊ ਕਾਰਡ ਐਕਸਪਲੇਨ ਕਰਦੇ ਹਾਂ, ਜਦੋਂ ਵੀ ਆਪਾਂ ਐਗਜ਼ਾਮਿਨਰ ਅੱਗੇ ਬੈਠੇ ਹੁੰਦੇ ਹਾਂ ਤੇ ਆਪਣੀ ਸਪੀਕਿੰਗ ਚੱਲ ਰਹੀ ਹੁੰਦੀ ਆ, ਦੈਨ ਆਪਾਂ ਸਪੋਜ਼ ਕਰੋ ਕੋਈ ਪਾਸਟ 'ਚ ਚੀਜ਼ ਬੋਲਣੀ ਆ। ਮੰਨ ਲਓ ਮੈਂ ਕਹਿਤਾ ਕਿ ਆਈ ਵੇਸਟਡ ਮਾਈ ਅਲੋਟ ਆਫ ਟਾਈਮ, ਆਈ ਵੇਸਟਡ ਮੰਨ ਲਓ ਮੈਂ ਯੂਜ਼ ਕਰਨਾ ਸੀਗਾ ਪਾਸਟ ਦੇ ਵਿੱਚ, ਠੀਕ ਆ, ਜਾਂ ਆਈ ਸਪੋਇਲਡ ਮਾਈ ਅਲੋਟ ਆਫ ਟਾਈਮ, ਕੁਛ ਵੀ ਕਹਿਣਾ ਹੈ। ਮੈਂ ਉੱਥੇ ਕੀ ਕਹਿ ਦਿੱਤਾ, ਮੈਂ ਮੰਨ ਲਓ ਆਈ ਸਪੋਇਲ ਇਕੱਲਾ ਬੋਲ ਦਿੱਤਾ, ਮਤਲਬ ਈਡੀ ਨਹੀਂ ਲਾਇਆ, ਜਿਹੜੀ ਪਾਸਟ ਦੀ ਵਰਬ ਮੈਂ ਨਹੀਂ ਲਾਈ, ਬਟ ਮੈਨੂੰ ਪਤਾ ਲੱਗ ਗਿਆ ਕਿ ਮੈਂ ਗਲਤੀ ਕੀਤੀ ਆ, ਬਟ ਉਸ ਤੋਂ ਬਾਅਦ ਮੈਂ ਉਹਨੂੰ ਦੁਬਾਰਾ ਕਰੈਕਟ ਵੀ ਕਰ ਰਿਹਾ, ਜਿਸ ਤਰ੍ਹਾਂ ਬੱਚੇ ਕਹਿੰਦੇ ਕਿ ਜਿਸ ਤਰ੍ਹਾਂ ਬੱਚੇ ਕਹਿ ਦਿੰਦੇ ਕਿ ਆਈ ਸਪੋਇਲ, ਆਈ ਸਪੋਇਲਡ, ਠੀਕ ਆ। ਹੁਣ ਇੱਥੇ ਕੀ ਹੋਊਗਾ, ਇੱਕ ਵਾਰੀ ਇਹ ਵੀ ਹੋ ਸਕਦਾ ਹੈ ਕਿ ਐਗਜ਼ਾਮਿਨਰ ਉਸ ਚੀਜ਼ ਨੂੰ ਅਵੋਇਡ ਕਰ ਦੇਵੇ, ਬਟ ਦੁਬਾਰਾ ਅਸੀਂ ਬੋਲ ਕੇ ਐਗਜ਼ਾਮਿਨਰ ਨੂੰ ਇਹ ਚੀਜ਼ ਦੱਸ ਰਹੇ ਹੁੰਦੇ ਹਾਂ ਕਿ ਵੇਖੋ ਸਰ ਮੈਂ ਗਲਤੀ ਕੀਤੀ, ਮੇਰੇ ਬੈਂਡ ਕੱਟ ਲਓ।
इस तरह ही हुंदा आ। सो इस करके असी कदी भी सैल्फ करैक्शन नहीं करनी। मैनूं उम्मीद है कि जिस तरह मैं तुहानूं पॉइंट समझाउंदा तुहानूं पता लगदा होगा, ठीक है। सो नैगेटिविटी तो दूर रहना है। सैकेंड, सैल्फ करैक्शन बिल्कुल नहीं करनी। तीसरा आ जाइए स्पीक स्लो, हमेशा हौली बोलने की कोशिश करो। तुहानू मैं अगे भी बड़ी वीडियो दे विच दस्या, जिन्ना तुसी स्लो बोलोगे 2 मिनट का टाइम तुहानू पहाड़ नहीं लगेगा। जेकर तुसी सेंटरां दे विच पढ़ के वह पहली लाइन ही उस तरह स्टार्ट करके कि डायवर्स कंट्री आ, वह जिहड़ियां सुन सुन लाइन आके हुंदे आ, उहनां दा फ्लो बिल्कुल इकोदम उपर हुंदा आ, फिर यकदम तुसी थले डिगदे जे, उस तो बाद तुहानू पता नहीं लगता कि पॉइंट किस तरह एक्सप्लेन करने आ। सो ट्राई टू स्पीक स्लो। इहदे 2 फायदे होणगे, एक ते तुहाडा टाइम बचेगा, टाइम बचूगा इन द सेंस ऑफ टाइम कंप्लीट हो जाएगा तुहाडा 2 मिनट का क्यू कार्ड का। दूसरा की होगा, तुहानू थोड़ा थोड़ा टाइम मिलता रहेगा आइडिया सोचने वास्ते। ते तीसरा, नैचुरल साउंड करोगे तुसी। जिवें मान लो एक मैं एग्जाम्पल देकर दसदा, एक बच्चा बोलता पाया स्पीड दे विच, मान लो बहुत अपनी फ्लुएंसी सोचता कि मैं स्पीड ज्यादा रखूंगा तो बैंड स्कोर आऊगा। मान लो बोलता पाया, मान लो कोई भी चीज एक्सप्लेन करता पाया कि वैल आई हैव बीन डूइंग दिस वर्क फॉर द लास्ट 10 ईयर्स। मतलब एक बच्चा आ बोल रहा, तो उस इसे लाइन में एक बच्चा बोलता पाया वैल आई हैव बीन ट्राइंग टू डू दिस वर्क फॉर द लास्ट 10 ईयर्स एंड लाइक आई वेस्टेड अ लॉट ऑफ माई टाइम, ठीक है। सो एक बच्चा आ बोलता पाया, हुण दोवां च फर्क है ना। सैकेंड वाले च क्लैरिटी ज्यादा है, फर्स्ट वाले दे विच की होंदे आ कि वह जस्ट बोल रहा वा, तो ना उहदा टाइम जिहड़ा बहुत घट पै जाणा उहनूं, फिर उहने अगे सोचना मैं बोलना की। सैकेंड वाले बच्चे च की हो रहा, उहदी प्रोनंसीएशन भी ठीक हो रही है, प्लस वह क्लैरिटी दे नाल बोलन दे पिया, तीसरा नैचुरल साउंड करदा पिया। मैं जस्ट एक रैंडम लाइन चुके, ये ना सोचो कि कोई क्यू कार्ड की लाइन मैं तुहानूं इस तरह समझाउंदा पिया, जो भी रैंडम थॉट मेरे दिमाग च आउंदा, मैं कोई स्क्रिप्टेड वीडियो नहीं बनाउंदा, जो रैंडम मेरे दिमाग च आ रहा मैं तुहानूं एक एग्जाम्पल देकर दस रहा हूँ। सो स्पीक स्लो। लास्ट वन इज, डू नॉट ट्राई टू यूज हाई वोकैबुलरी वर्ड। हुण इत्थे कई बच्चे मेरे नाल की करनगे, जां जिहड़े तुसीं वीडियो वेखदे पए कहोगे सर वोकैबुलरी नहीं यूज करांगे तो साडे बैंड स्कोर किवें आउणगे। मैं तुहाडे नाल किसे हद तक एग्री करदा हां, बट उन्हां बच्चों वास्ते जिहड़े बच्चे 6 बैंड लैण वास्ते बहुत स्ट्रगल करते हैं। अच्छा, 6 बैंड लैण वास्ते तुहाडी ग्रामर ठीक होनी चाहीदी है, तुहाडी प्रोनंसीएशन सही होनी चाहीदी है, प्लस तुहाडे कोल टास्क रिस्पोंस या टास्क अचीवमेंट होनी चाहीदी, मतलब कि तुहाडे कोल आइडियाज होने चाहीदे। 6 बैंड इनफ आ जाणगे तुहाडे। 5.5 उदों आउंदे आ जदों तुसीं पता नहीं वो ईडीएम यूज करते, जे फ्रेजेस यूज करते, कूल लाइक अ ककंबर एंड लेट द कैट आउट ऑफ द बैग, मैनू ये चीज़ा मेरी समझ तो बाहर आ, या ओवर द मून, क्लाउड 9। एक मैनू चीज़ दसो, तुहानू सिंपल नहीं बोलना आउंदा पिया ते तुसीं हाई वोकैबुलरी वर्ड यूज करते पे जे, फिर उहदी प्रोनंसीएशन भी गलत आ। ये तो वह चीज़ हो जानी है कि मतलब बोली भी चीज़ तो उहदा फायदा भी कोई नहीं मिलिया। मतलब मान लो वोकैबुलरी वर्ड यूज करके मैं एक जगह पर दसदा कि एक्सट्रोवर्ट, ते जी प्रोनंसीएशन नहीं करनी आउंदी पई जां मैनू प्रोनाउंस नहीं सही करदा पिया, दैन वह मेरे बैंड घटाऊगा वधाऊगा नहीं। इस चीज़ नूं दिमाग च रख लियो। सो ये 4 टिप्स मैं जिहड़ियां तुहानूं दसियां आ, तुहानूं किसे भी चैनल पर नहीं मिलनियां, ठीक है, क्योंकि इन्हां बारे कोई गल नहीं करता। सिंपल सिंपल आपां समझाई जांदे आ, मैं किसी भी चैनल वाले नूं टारगेट नहीं करता पिया, बट मेरा सिंपल फंडा है कि जो मैं वीडियोज़ वेखदा मैनूं ऐ लगता कि इक्को जिहकियां वीडियोज़ बनिया होंदियां। बट ये 4 चीज़ां दिमाग च रख लो, तुहानूं मैं एक एक एक्सप्लेन करके दस्सिया है। सो इस करके नैगेटिविटी तो दूर रहना है, जिस तरह स्पीकिंग की प्रैक्टिस करते पे जो उस तरह करो, बट याद करके कभी स्पीकिंग ना जाओ, पेपर के पता नहीं उन्हें तुहानूं की पुछ लेना है। मैं बहुत स्टूडेंट वेखे जिहड़े क्यू कार्ड नूं लिखदे आ, सर्कल करदे आ, मैं बड़ियां वीडियोज़ बनाईआं बड़ियां जगह, तुहानूं मैं अवेयर करदा आ, ते जिहड़े बच्चे मेरियां टिप्स फॉलो कर लैंदे आ बैंड स्कोर भी तुसीं फिर उन्हां देखदे। ये मैं माण करके नहीं कहन दिया, वाहिगुरू तो डर के कहन दिया कि स्ट्रेट फॉरवर्ड गल्लां तुहानूं मैं दसियां है, जे इन्हां दे उत्ते खरे उतर जाओगे ना आ बैंड स्कोर तुहाडा होगा, ते जे नहीं उतरोगे ना फिर 5.5 आउणगे, ते रब नूं फिर कोसना जिहड़ा तुसीं बंद कर दो। तुसीं रब नूं कोसण लग पैंदे कि मेरी किस्मत माड़ी है, मैं रीवैल्यूएशन भरदा, इस तरह कुछ नहीं होना। फैक्ट्स ते गल करो, सीधी गल करो, जिहड़ियां चीज़ां तुहानूं दसियां इन्हां ते मतलब इन्हां चीज़ां ते स्टैंड लाओ, इन चीज़ों को फॉलो करो, बैंड स्कोर जरूर आएंगे। सो जेकर वीडियो वधिया लगी चैनल को लाइक सबसक्राइब शेयर जरूर करो, कमेंट करके दस्यो तो नैक्सट वीडियो कितने होनी चाहिए है वो भी जरूर दस्यो। तो एक चीज़ मैं रिक्वेस्ट करनी ही, मैंने पता है मेरी गलती है, मैं लास्ट टाइम थोड़ा चैनल पर कॉन्टीन्यू नहीं रहा, मैं लगातार वीडियोज़ पाऊँगा सोमवार, बुधवार, शुक्रवार शामी 4 बजे। चैनल पर आ जा करो, वीडियोज़ वेख्या करो, तो नोटिफिकेशन उदों आऊगा तुम जो बैल आइकन पर क्लिक करोगे।
सो जे वीडियो वधिया लगी कमेंट करके जरूर दस्सो, शेयर करो। मिलते हैं नैक्सट वीडियो, सत श्री अकाल जी।